ਮੈਂ ਕਿਹਾ ਆ ਮਾਈਕ ਆ। ਅੱਛਾ ਹਾਂਜੀ। ਹੋ ਬਿੰਦੀ ਭਿੱਜ ਗਈ ਪਸੀਨੇ ਨਾਲ, ਭਿੱਜ ਗਏ ਕੁੰਡਲਾਂ ਵਾਲੇ ਵਾ। ਹੋ ਤੈਨੂੰ ਕੀ ਸੁਰਖੀ ਦੀਆਂ ਲੋੜਾਂ, ਨੀ ਤੇਰੀ ਹਿਰਨੀ ਵਰਗੀਆਂ ਤੋਰਾਂ। ਹੋ ਬੁੱਲ ਪਹਿਲਾਂ ਹੀ ਸੁਰਖ ਗੁਲਾਬ, ਭਿੱਜ ਗਏ ਕੁੰਡਲਾਂ ਵਾਲੇ ਵਾ। ਜੀ ਖਾਨ ਓਏ ਪੈਕ ਮੋਟੇ ਲਾ ਕੇ ਖਾਣ ਦੀ ਲਾ ਮਾੜਾ, ਮੈਂ ਮਾੜਾ ਪੈਕ ਲਾਵਾਂ। ਅੱਛਾ ਇਹ ਤੋਂ ਪਹਿਲਾਂ ਮੈਂ ਆਪਣੀ ਐਕਸ ਗਰਲਫ੍ਰੈਂਡ ਦਾ ਗਾਣਾ ਸੁਣਨਾ। ਉਹ ਲਿਖਿਆ ਮੈਂ ਸੀ, ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ, ਇਹਨਾਂ ਬੋਤਲਾਂ ਸਿਪ ਸਿਪ ਪੀਵੇ ਆ, ਮੈਂ ਛੋਟਾ ਜਿਹਾ ਪੈਕ ਬਣਾ ਕੇ ਲਿਆ ਸੀ, ਆਹ ਪੀ ਗਿਆ ਮੇਰਾ ਪੈਕ ਇੱਥੇ ਆ। ਅੱਛਾ ਅੱਛਾ ਤੁਸੀਂ ਨੱਚਣਾ ਕਿ ਨਹੀਂ ਨੱਚਣਾ? ਜਿਹੜਾ ਨਾ ਇਸ ਗਰਲਫ੍ਰੈਂਡ ਦੇ ਨਾਂ 'ਤੇ ਹਾਸਾ ਜਿਹਾ ਆਉਂਦਾ, ਉਸ ਕਰਕੇ ਮੈਂ ਵੀ ਨੱਚਣਾ ਸਿਪ ਸਿਪ ਪੀਵੇ। ਬਸ ਕਰ ਬਸ ਕਰ, ਇਹਦਾ ਟਾਈਮ ਹੋ ਗਿਆ ਗਾਣੇ ਦਾ। ਹੈਲੋ ਆਹਾ ਹਾ ਹੋ ਜਾਨੀ ਜਾ, ਤੂੰ ਗਹਿਰਾ ਸੰਗ ਲਾ, ਤੇ ਸਾਡੀ ਪਰਵਾਹ ਨਾ ਕਰੀ ਤੂੰ ਜ਼ਰਾ। ਜਾਨੀ ਜਾ ਜਾਨੀ ਜਾ ਜਾਨੀ ਜਾ, ਏਦਾਂ ਕਰ ਜਿੱਥੋਂ ਸਾਡਾ ਨਾ ਪੇਚਾ ਪਿਆ ਸੀ ਉਹ ਗਾਣਾ ਲਾਈ ਭਾਬੀ ਵਾਲਾ। ਤੇਰੀ ਨਾੜ ਨਾ ਕੋਈ ਚੜ ਮੈਂ ਕਿਹਾ ਜਾਵੇ। ਉਹ ਬਾਈ ਗਾ ਰਿਹਾ ਸੀ, ਮੈਂ ਤਾਂ ਮਾੜਾ ਪੂਰਾ ਕੀਤਾ। ਕਿਹੜਾ ਡੋਲਰ ਸੁਣਾਵਾ ਜੀ? ਹੋਏ ਅੱਖੀਆਂ ਨੂੰ ਜਗੀਰਾ ਤੇ ਦੇਗੀ, ਉਹ ਖੁਸ਼ੀਆਂ ਮੇਰੀਆਂ ਨਾਲ ਹੀ ਲਹੇਗੀ। ਉਹਨੇ ਜੋ ਜੋ ਸੁਪਨੇ ਤੋੜੇ ਮੈਂ ਸਾਰੇ ਗਿਣਦਾ ਹਾਂ, ਉਹ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਾਂ, ਉਹ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਾਂ। ਤੇਰੇ ਵਿੱਚ ਵੱਜਣ ਨੂੰ ਜੀ ਕਰਦਾ, ਉਹ ਪੈਗ ਮੋਟੇ ਲਾ ਕੇ ਹਾਣ ਦੀਏ। ਇੱਕ ਵਾਰ ਗੱਲ ਸੁਣਨ ਵਾਲੀ ਆ, ਜਦੋਂ ਵੀ ਮੇਰੇ ਕੋਲ ਠੀਕ ਠਾਕ ਗਾਣਾ ਲਿਖ ਹੋ ਜਾਂਦਾ ਨਾ, ਆ ਸਾਲੀ ਮਾਂਗ ਜੀ ਲੈ ਜਾਂਦੀ ਮੇਰੇ ਤੋਂ। ਅੱਛਾ ਜਿਹੜਾ ਨਾ ਤੇਰੇ ਵਿੱਚ ਵੱਜਣ ਨੂੰ ਜੀ ਕਰਦਾ, ਇਹਦੇ ਲਈ ਨਹੀਂ ਲਿਖਿਆ ਸੀ, ਇਹ ਮੈਂ ਲਿਖਿਆ ਸੀ ਜੈਜ਼ਮੀ ਸੈਂਡਲੈਸ ਲਈ। ਅੱਛਾ ਚੰਡੀਗੜ੍ਹ ਵੀ ਜੈਜ਼ਮੀ ਸੈਂਡਲੈਸ ਲਿਖਿਆ ਸੀ, ਉਹਨੂੰ ਲੱਗਣ ਲੱਗ ਪਿਆ ਸੀ ਮੈਂ ਗੈਰੀ ਤੋਂ ਉੱਪਰ ਆ ਗਈ ਹਾਂ। ਪਰ ਐਨੀਵੇ ਇਹਦਾ ਸਾਲੇ ਸੂਤਰ ਆ ਗਿਆ ਇਹਦਾ, ਜਿੰਨੇ ਵੀ ਘੈਂਟ ਠੀਕ ਠੀਕ ਗਾਣੇ ਲਿਖਦਾ ਇਹ ਲੈ ਜਾਂਦਾ ਮੇਰੇ ਤੋਂ ਖੋ ਕੇ, ਹੁਣ ਤਿੰਨ ਚਾਰ ਘੈਂਟ ਗਾਣੇ ਇਹਦੇ ਆਉਣ ਵਾਲੇ ਆ। ਕੀ ਹੋਇਆ?